ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਅਸੀਂ ਅੱਜ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਜਨਮ ਅਸਥਾਨ ਬਾਬਾ ਗੁਰੂ ਨਾਨਕ ਸਾਹਿਬ ਦੀ, ਜਿੱਥੇ ਪੈਦਾਇਸ਼ ਹੋਈ, ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੇ ਉਹ ਦੁਨੀਆਂ ਦੇ ਵਿੱਚ ਆਏ। ਕੀ ਕਹਿੰਦੇ ਨੇ, ਗੁਰੂ ਨਾਨਕ ਪ੍ਰਗਟ ਹੋਇਆ, ਚਾਨਣ ਹੋਇਆ ਜੱਗ ਦੇ ਵਿੱਚ, ਉਹ ਕੀ ਗੱਲ ਕੀਤੀ ਜਾਂਦੀ ਹੈ, ਉਹ ਸਾਰੀ ਦੀ ਸਾਰੀ ਐਸੇ ਜਗ੍ਹਾ ਦੇ ਨਾਲ ਹੈ। ਔਰ ਮੈਂ ਕਹਾਂਗਾ ਕਿ ਅਸੀਂ ਧੰਨ ਭਾਗ ਸਾਡੇ, ਅਸੀਂ ਇਹ 550 ਸਾਲਾ ਜਸ਼ਨ ਦੇ ਮੁਤਲਕ ਜਿਹੜੀਆਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ, ਅਸੀਂ ਤੁਹਾਡੇ ਤੱਕ ਲਿਆ ਕੇ ਪ੍ਰਜੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਸਾਡੇ ਰੇਡੀਓ ਸਾਡੇ ਵਾਲਾ ਦੀ ਤਰਫੋਂ ਅਸੀਂ ਪਹੁੰਚੇ ਹਾਂ ਜਨਮ ਅਸਥਾਨ ਗੁਰਦੁਆਰਾ ਜਿਹੜਾ ਉੱਥੇ ਪਹੁੰਚੇ ਹਾਂ, ਔਰ ਇੱਥੇ ਕਾਰ ਸੇਵਾ ਦੇ ਛੋਟੇ ਛੋਟੇ ਕੰਮ ਜਿਹੜੇ ਨੇ ਉਹ ਜਾਰੀ ਨੇ। ਕਿਤੇ ਪੇਂਟ ਹੋ ਰਿਹਾ, ਕਿਤੇ ਛੋਟੀ ਮੋਟੀ ਮੁਰੰਮਤ ਹੋ ਰਹੀ ਹੈ। ਯਾਨੀ ਕਿ 550 ਸਾਲਾ ਜਸ਼ਨ ਜਦੋਂ ਸ਼ੁਰੂ ਹੋਵੇ ਅਤੇ ਉਸ ਵੇਲੇ ਕਿਸੇ ਕਿਸਮ ਦਾ ਕੰਮ ਜਿਹੜਾ ਉਹ ਬਾਕੀ ਨਾ ਰਹੇ। ਇਸ ਵਾਸਤੇ ਉਹ ਕੰਮ ਜਿਹੜੇ ਨੇ ਸਾਰੇ ਪਹਿਲੇ ਸੰਗਤਾਂ ਦੇ ਆਉਣ ਤੋਂ ਪਹਿਲੇ ਜਿਹੜੇ ਨੇ ਉਹ ਨਿਪਟਾਏ ਜਾ ਰਹੇ ਨੇ, ਕਿਉਂਕਿ ਜਿਉਂ ਜਿਉਂ ਦਿਹਾੜੇ ਨੇੜੇ ਆ ਰਹੇ ਨੇ 550 ਸਾਲਾ ਆਗਮਨ ਗੁਰੂ ਪੁਰਬ ਦੇ, ਉਸੇ ਤਰ੍ਹਾਂ ਹੀ ਨਾਲ ਦੀ ਨਾਲ ਅਗਰ ਤੁਸੀਂ ਦੇਖਦੇ ਹੋ ਤਾਂ ਲੋਕਾਂ ਦਾ ਜੋਸ਼ ਖਰੋਸ਼ ਜਿਹੜਾ ਵੱਧਦਾ ਜਾ ਰਿਹਾ ਹੈ। ਦਿਨ ਦੇ ਟਾਈਮ ਤੁਹਾਨੂੰ ਇੱਥੇ ਮੁਸਲਿਮ ਸੰਗਤਾਂ ਨਜ਼ਰ ਆਉਂਦੀਆਂ ਨੇ, ਸਾਡੇ ਮੁਸਲਿਮ ਵੀਰ ਹੀ ਜਿਹੜੇ ਨੇ, ਜਿਸ ਤਰ੍ਹਾਂ ਕਿ ਕਿਹਾ ਜਾਂਦਾ ਇਤਿਹਾਸਿਕ ਤੌਰ 'ਤੇ 1947 ਤੋਂ ਪਹਿਲੇ ਇੱਕ ਸਲੋਗਨ ਜਿਹੜਾ ਸੀ ਉਹ ਬਹੁਤ ਪਾਪੂਲਰ ਹੁੰਦਾ ਸੀ। ਕੀ ਕਿਹਾ ਜਾਂਦਾ ਸੀ, ਮੇਰੇ ਆਪਣੇ ਨਨਿਆਲ ਵਾਲੇ ਪਾਸੇ ਹੀ ਬੋਲਿਆ ਜਾਂਦਾ ਸੀ ਕਿ ਬਾਬਾ ਗੁਰੂ ਨਾਨਕ ਸਿੱਖੋਂ ਕਾ ਗੁਰੂ, ਮੁਸਲਿਮ ਕਾ ਪੀਰ, ਨਾਨਕ ਸ਼ਾਹ ਫਕੀਰ। ਅਤੇ ਇਸੇ ਤਰ੍ਹਾਂ ਹੀ ਕਿਹਾ ਜਾਂਦਾ ਸੀ, ਕਿਸ ਵਾਸਤੇ ਕਿਹਾ ਜਾਂਦਾ ਸੀ, ਇਸੇ ਵਾਸਤੇ ਕਿਹਾ ਜਾਂਦਾ ਸੀ ਕਿ ਬਾਬਾ ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਸਨ। ਅਤੇ ਅੱਜ ਵੀ ਤੁਸੀਂ ਅਗਰ ਕਰਤਾਰਪੁਰ ਜਾਂਦੇ ਹੋ ਤਾਂ ਉੱਥੇ ਵੀ ਤੁਸੀਂ ਦੇਖੋ, ਅਗਰ ਇੱਥੇ ਵੀ ਤੁਸੀਂ ਦੇਖੋ ਤਾਂ ਸਿੱਖ ਮੁਸਲਿਮ ਸਾਰੇ ਵੀਰ ਜਿਹੜੇ ਨੇ ਰਲ ਕੇ ਇੱਥੇ ਦੀ ਸੇਵਾ ਕਰਦੇ ਨੇ, ਜਿੱਥੋਂ ਪਤਾ ਚੱਲਦਾ ਕਿ ਏਕਤਾ ਜਿਹੜੀ ਹੈ ਉਹਦਾ ਮੈਸੇਜ ਜਿਹੜਾ ਰੁਕਿਆ ਨਹੀਂ, ਉਹ ਚੱਲ ਰਿਹਾ। ਅਤੇ ਆਓ ਚੱਲਦੇ ਹਾਂ, ਤੁਹਾਨੂੰ ਅਸੀਂ ਜਨਮ ਅਸਥਾਨ ਵੱਲ ਲੈ ਕੇ ਚੱਲਦੇ ਹਾਂ ਕਿ ਜਨਮ ਅਸਥਾਨ ਹਾਂਜੀ ਜੀ, ਇਹ ਉਪਰਾਲਾ ਤੁਸੀਂ ਰੇਡੀਓ ਸਾਡੇ ਵਾਲਾ 87.8 FM ਰੇਡੀਓ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਔਰ ਮੈਂ ਹੀ ਗੱਲ ਕਹਾਂਗਾ ਕਿ ਇਹ ਉਪਰਾਲਾ ਅਸੀਂ ਪਹਿਲੇ ਵੀ ਕੀਤਾ, ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ 550th ਦੇ ਉੱਤੇ ਵੀ ਪਹੁੰਚੀਏ, ਕਿਉਂਕਿ ਇੱਥੇ ਰਸ਼ ਤਾਂ ਬਹੁਤ ਹੋਏਗਾ, ਕਿਉਂਕਿ ਇਸ ਵੇਲੇ ਦੁਨੀਆ ਭਰ ਦੀ ਸੰਗਤ ਜਿਹੜੀ ਹੈ ਸਭ ਦੀ ਕੋਸ਼ਿਸ਼ ਹੈ ਕਿ ਉਹ ਮੱਥਾ ਟੇਕਣ ਵਾਸਤੇ ਇਸ ਅਸਥਾਨ ਦੇ ਉੱਤੇ ਆਵੇ। ਔਰ ਅੱਜ ਜਿਹੜੀ ਜਗ੍ਹਾ ਤੁਹਾਨੂੰ ਥੋੜ੍ਹੀ ਜਿਹੀ ਖਾਲੀ ਨਜ਼ਰ ਆ ਰਹੀ ਹੋ, ਇਸ ਵਜ੍ਹਾ ਨਾਲ ਨਜ਼ਰ ਆ ਰਹੀ ਹੈ ਕਿ ਦੁਪਹਿਰ ਦਾ ਟਾਈਮ ਹੈ ਔਰ ਸੰਗਤਾਂ ਜਿਹੜੀਆਂ ਨੇ ਆਪਣੇ ਆਪਣੇ ਕੰਮ ਕਾਜ ਲਈ ਗਈਆਂ ਨੇ। ਜਿਵੇਂ ਹੀ 2 ਘੰਟੇ ਗੁਜ਼ਰਨਗੇ ਸ਼ਾਮ ਹੋਏਗੀ, ਥੋੜ੍ਹਾ ਜਿਹਾ ਜਦੋਂ ਰੇਹ ਰਾਏ ਦੀ ਅਰਦਾਸ ਸ਼ੁਰੂ ਹੋਣ ਵਾਲੀ ਹੋਏਗੀ, ਉਹ ਐਂਜੀ ਉਸੇ ਵੇਲੇ ਹੀ ਗੁਰੂ ਘਰ ਦੇ ਵਿੱਚ ਤੁਹਾਨੂੰ ਚਹਿਲ ਪਹਿਲ ਹਰ ਪਾਸੋਂ ਹੋਣੀ ਨਜ਼ਰ ਆ ਜਾਏਗੀ। ਆਓ ਜੀ ਅਸੀਂ ਦਿਖਾਉਂਦੇ ਹਾਂ, ਪਹਿਲੇ ਤਾਂ ਇੱਥੋਂ ਤੁਸੀਂ ਬਾਹਰੋਂ ਦਿਖਾਓ। ਡਿਵਾਈਸ ਮਿਰਜ਼ਾ ਸਾਹਿਬ ਨੂੰ ਕੱਢ ਕੇ ਦੇ ਦਿਓ ਉਹਨਾਂ ਵਿੱਚੋਂ, ਮਿਰਜ਼ਾ ਸਾਹਿਬ ਇੱਥੇ ਰੱਖਿਓ ਜ਼ਰਾ ਨੂੰ, ਹੈਂ। ਆਓ ਜੀ ਦਰਸ਼ਨ ਕਰੋ ਗੁਰਪਿਆਰੀ ਸੰਗਤ ਜੀ, ਕਿ ਅਸੀਂ ਜਿਹੜਾ ਤੁਹਾਨੂੰ ਉਸ ਪਾਵਨ ਅਸਥਾਨ ਜਿਹੜੇ ਜਿੱਥੇ ਕਿ ਗੁਰੂ ਮਹਾਰਾਜ ਦਾ ਜਨਮ ਹੋਇਆ, ਉਸ ਜਨਮ ਨੂੰ ਹੋਏ ਹੋਏ 550 ਸਾਲ ਗੁਜ਼ਰ ਗਏ, ਅਤੇ ਅੱਜ ਉਹ ਤੁਸੀਂ ਪਾਵਨ ਧਰਤੀ ਦੇ ਜਿਹੜੇ ਨੇ ਔਰ ਉਸ ਜਗ੍ਹਾ ਦੇ ਜਿਹੜੇ ਨੇ ਉਹ ਦਰਸ਼ਨ ਕਰੋ ਪਲੀਜ਼। ਲਓ ਜੀ ਗੁਰਪਿਆਰੀ ਸੰਗਤ ਜੀ, ਤੁਸੀਂ ਅਸਥਾਨ ਦੇਖ ਰਹੇ ਹੋ, ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੈ ਉਹ ਹੁੰਦਾ ਹੈ, ਠੀਕ ਹੈ ਜੀ। ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਔਰ ਇਸ ਜਗ੍ਹਾ ਦੇ ਉੱਤੇ ਤੁਸੀਂ ਕਹਿ ਲਵੋ ਕਿ 550 ਸਾਲ ਪਹਿਲੇ ਬਾਬਾ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ। ਧੰਨ ਭਾਗ ਤੁਹਾਡੇ ਤੁਸੀਂ ਕਿ ਅੱਜ ਇਸ ਪਾਵਨ ਪਵਿੱਤਰ ਅਸਥਾਨ ਦੇ ਜਿਹੜੇ ਨੇ ਔਰ ਦਰਸ਼ਨ ਕਰ ਰਹੇ ਹੋ, ਔਰ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਉਹ ਰੇਡੀਓ ਸਾਡੇ ਵਾਲਾ ਦੀ ਤਰਫੋਂ ਕੀਤਾ ਜਾ ਰਿਹਾ। ਅਤੇ ਇੱਥੇ ਹੀ ਕੁਛ ਨਿਸ਼ਾਨ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਕਿ ਸਾਕਾ ਨਨਕਾਣਾ ਦੇ ਵੀ ਮੌਜੂਦ ਨੇ। ਇਸ ਜਗ੍ਹਾ ਦੇ ਉੱਤੇ ਇਹ ਤੁਸੀਂ ਦੇਖੋ, ਇਹ ਗੋਲੀਆਂ ਦੇ ਨਿਸ਼ਾਨ ਨੇ, ਇਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਦਿੱਤੇ, ਔਰ ਇਹਦੇ ਅੰਦਰ ਵੀ ਇਸ ਜਗ੍ਹਾ ਦੇ ਉੱਤੇ ਵੀ ਅੰਦਰ ਵੀ ਨਿਸ਼ਾਨ ਮੌਜੂਦ ਨੇ। ਔਰ ਗੁਟਕਾ ਸਾਹਿਬ ਦੇ ਪਿੱਛੇ ਅਗਰ ਤੁਸੀਂ ਦੇਖਦੇ ਹੋ ਤਾਂ ਇਹ ਉਹ ਨਿਸ਼ਾਨਾਤ ਨੇ ਜਿੱਥੇ ਕਿ ਇੱਥੇ
ਜਦੋਂ ਮਹੰਤਾਂ ਕੋਲੋਂ ਗੁਰਦੁਆਰਾ ਸਾਹਿਬ ਨੂੰ ਵਾਗਜ਼ਾਰ ਕਰਾਇਆ ਗਿਆ, ਜਦੋਂ ਮੂਰਤੀਆਂ ਹਟਾਈਆਂ ਗਈਆਂ, ਅਤੇ ਉਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ ਇਹ ਜਗ੍ਹਾ ਦੇ ਉੱਤੇ ਚੰਗੀ ਭਲੀ ਫਾਇਰਿੰਗ ਜਿਹੜੀ ਸੀ ਉਹ ਹੋਈ ਸੀ, ਉਹਦੇ ਨਿਸ਼ਾਨ ਅੱਜ ਵੀ ਮੌਜੂਦ ਨੇ। ਭਾਈ ਸਾਹਿਬ ਸੇਵਾ ਕਰ ਰਹੇ ਨੇ ਔਰ ਹਰ ਵਕਤ ਇੱਥੇ ਮੌਜੂਦ ਹੁੰਦੇ ਨੇ, ਕਿਉਂਕਿ ਗੁਰੂ ਘਰ ਦੇ ਵਿੱਚ ਤੁਹਾਨੂੰ ਪਤਾ ਮਰਿਆਦਾ ਹੈ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜਾ ਸਿੰਘਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਇਸ ਵਾਸਤੇ 24 ਘੰਟੇ ਦੀ ਸੇਵਾ ਜਿਹੜੀ ਹੈ ਇੱਥੇ ਕੋਈ ਨਾ ਕੋਈ ਵੀਰ ਜਿਹੜਾ ਉਹ ਕਰਦਾ। ਆਓ ਜੀ ਅਸੀਂ ਬਾਹਰਲੇ ਪਾਸੇ ਚੱਲਦੇ ਹਾਂ, ਤੁਹਾਨੂੰ ਸ਼ਹੀਦੀ ਜੰਡ ਦਿਖਾਉਂਦੇ ਹਾਂ। ਸ਼ਰਜੀਲ, ਸ਼ਹੀਦੀ ਜੰਡ ਹੈ ਜੀ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਔਰ ਇਸ ਜਗ੍ਹਾ ਤੋਂ ਗੁਰੂ ਮਹਾਰਾਜ ਨੂੰ ਲਿਜਾਇਆ ਜਾਂਦਾ, ਠੀਕ ਹੈ ਜੀ। ਸੁੱਖ ਆਸਨ ਸਾਹਿਬ ਇਸ ਪਾਸੇ ਹੈ ਜੀ, ਸੱਚਖੰਡ ਹਜ਼ੂਰ ਸਾਹਿਬ ਇਸ ਪਾਸੇ ਹੈ ਜੀ। ਇੱਥੇ ਗੁਰੂ ਮਹਾਰਾਜ ਨੂੰ ਸ਼ਾਮ ਦੇ ਵਕਤ ਲਿਜਾਇਆ ਜਾਂਦਾ ਸੱਚਖੰਡ ਦੇ ਅੰਦਰ। ਔਰ ਇਹ ਹੈ ਜੀ ਉਹ ਸ਼ਹੀਦੀ ਜੰਡ, ਇਹ ਉਹ ਸ਼ਹੀਦੀ ਜੰਡ ਹੈ ਜੀ, ਜਿਹਦੇ ਮੁਤਲਕ ਕਿਹਾ ਜਾਂਦਾ ਕਿ ਇਹ ਦੇਖੋ ਜੀ ਬਹੁਤ ਹੀ ਦੇਰ ਬਾਅਦ ਇਹਨੇ ਦੁਬਾਰਾ ਆਪਣਾ ਰੰਗ ਫੜਿਆ, ਦੁਬਾਰਾ ਤੋਂ ਇਹ ਹਰਾ ਹੋਇਆ ਔਰ ਬਹੁਤ ਹੀ ਸੋਹਣਾ ਹਰਾ ਹੋਇਆ। ਤੁਸੀਂ ਹੈਰਾਨ ਹੋ ਜਾਵੋਗੇ ਕਿ ਕਦੀ ਸੁੱਕੇ ਦਰਖਤ ਮੈਂ ਹਰੀ ਹੁੰਦੇ ਨਹੀਂ ਦੇਖੇ। ਅਗਰ ਤੁਸੀਂ ਦੇਖੋ ਤਾਂ ਇਹਦੀਆਂ 3-4 ਟਹਿਣੀਆਂ ਹੀ ਇਤਿਹਾਸ ਵਿੱਚ ਵੀ ਨਜ਼ਰ ਆਉਂਦੀਆਂ ਨੇ, ਲੇਕਿਨ ਇਹ ਸਾਰਾ ਭਾਣਾ ਵਰਤਣ ਤੋਂ ਬਾਅਦ, ਹਾਲਾਂਕਿ ਇੱਥੇ ਪੱਕਾ ਫਰਸ਼ ਵੀ ਕੀਤਾ ਗਿਆ, ਲੇਕਿਨ ਉਹਦੇ ਬਾਵਜੂਦ ਅਗਰ ਤੁਸੀਂ ਦੇਖੋ ਤਾਂ ਇਹ ਵਣ ਦਾ ਦਰਖਤ ਦੇਖੋ ਕਿੰਨਾ ਛੋਟਾ ਦਿਖਾਇਆ ਗਿਆ, ਲੇਕਿਨ ਹੁਣ ਤੁਸੀਂ ਦੇਖੋ ਤਾਂ ਦੁਬਾਰਾ ਤੋਂ ਸੁੱਕਿਆ ਹੋਇਆ ਕੱਟਿਆ ਅਤੇ ਦੁਬਾਰਾ ਤੋਂ ਹਰਾ ਹੋ ਗਿਆ ਫਿਰ ਤੋਂ। ਇਹ ਜੀ ਜੋ ਭਾਣਾ ਵਰਤਿਆ ਇੱਥੇ ਉਹਦੇ ਮੁਤਲਕ ਜਿਹੜੀ ਹੈ ਪੂਰੀ ਸਟੋਰੀ ਜਿਹੜੀ ਹੈ, ਮਹੰਤ ਵੀ ਦਿਖਾਏ ਹੋਏ ਨੇ ਔਰ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ ਅੱਗ 'ਚ ਸਾੜਿਆ ਗਿਆ ਉਹ ਵੀ ਪੂਰਾ ਵਾਕਿਆ ਜਿਹੜਾ ਹੈ। ਇਹ ਸਿੱਖੀ ਜਿਹੜੀ ਹੈ ਅੱਜ ਤੁਹਾਡੇ ਕੋਲ ਮੌਜੂਦ ਹੈ, ਅਤੇ ਇਹਨਾਂ ਨੂੰ ਭਾਈ ਲਕਸ਼ਮਣ ਜੀ ਵਰਗੇ ਜਿਹੜੇ ਨੇ ਕਈ ਸੂਰਮਿਆਂ ਨੇ ਆਪਣੀ ਜਾਨ ਦੇ ਕੇ, ਅਤੇ ਫਿਰ ਤੁਸੀਂ ਕਹਿ ਲਵੋ ਕਿ ਅੱਜ ਇਹ ਸਿੱਖੀ ਜਿਹੜੀ ਹੈ ਬਚਾਈ ਹੈ। ਠੀਕ ਹੈ ਜੀ, ਔਰ ਇੱਥੇ ਸ਼ਹੀਦਾਂ ਦੇ ਨਾਮ ਦੀ ਜੋਤ ਜਲਦੀ ਰਹਿੰਦੀ ਹੈ ਹਰ ਵਕਤ। ਇਹ ਦੇਖ ਲਓ ਜੀ, ਇਹ ਸ਼ਹੀਦੀ ਜੰਡ ਹੈ ਜੀ, ਔਰ ਇਹਦੀ ਕੱਚੀ ਜੜ ਰੱਖੀ ਗਈ ਹੈ ਤਾਂ ਕਿ ਪਾਣੀ ਵਗੈਰਾ ਪਾਉਣ ਨੂੰ, ਔਰ ਇੱਥੇ ਅਸਲੀ ਜਿਹੜੀ ਘਿਓ ਹੈ ਉਹਦੀ ਸੇਵਾ ਕੀਤੀ ਜਾਂਦੀ ਹੈ। ਉਹਦੇ 'ਚ ਜੋਤ ਜਿਹੜੀ ਹੈ ਹਰ ਵਕਤ ਦਿਨ ਰਾਤ ਜਲਦੀ ਹੈ ਜੋਤ। ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਲਾਈਵ ਦੇਖ ਰਹੇ ਹੋ, ਔਰ ਇਹ ਪ੍ਰੋਗਰਾਮ ਦੇ ਕਾਪੀਰਾਈਟਸ ਜਿਹੜੇ ਨੇ ਉਹ ਹਨ ਰੇਡੀਓ ਸਾਡੇ ਵਾਲਾ 87.8 FM ਰੇਡੀਓ। ਤੁਸੀਂ ਨਿਊਜ਼ੀਲੈਂਡ ਔਕਲੈਂਡ ਤੋਂ ਲਾਈਵ ਦੇਖ ਰਹੇ ਹੋ, ਅਤੇ ਇਸ ਪਾਸੇ ਇੱਕ ਪਾਲਕੀ ਹੈ ਜੀ ਗੁਰੂ ਮਹਾਰਾਜ ਸਾਹਿਬ ਨੂੰ ਸਥਾਪਿਤ ਕਰਨ ਵਾਸਤੇ, ਜਿਹੜੀ ਕਿ ਦਿੱਲੀ ਦੀ ਸੰਗਤ ਨੇ ਬਣਵਾ ਕੇ ਭੇਜੀ ਸੀ। ਆਪ ਜੀ ਤੋਂ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਜਿਹੜਾ ਉਹ ਸ਼ੇਅਰ ਕਰੋ, ਤਾਂ ਕਿ ਬਾਕੀ ਜਿਹੜੇ ਭੈਣ ਭਰਾ ਨੇ ਜਿਹੜੇ ਇਸ ਵਾਰੀ ਪਾਕਿਸਤਾਨ ਨਹੀਂ ਆ ਸਕਦੇ 550 ਸਾਲਾਂ ਦੇ ਉੱਤੇ, ਉਹ ਗੁਰੂ ਮਹਾਰਾਜ ਦੇ ਘਰ ਦੇ ਦਰਸ਼ਨ ਕਰ ਸਕਣ। ਗੁਰਦੁਆਰਾ ਸ੍ਰੀ ਜਨਮ ਅਸਥਾਨ ਸਾਡੀ ਅੱਜ ਪਾਕਿਸਤਾਨ ਹੈਰੀਟੇਜ ਕਲੱਬ ਦੀ ਪੂਰੀ ਟੀਮ ਆਈ ਹੋਈ ਹੈ, ਸਾਡੇ ਦੋਸਤ ਮਿੱਤਰ ਪਿਆਰੇ ਭਰਾ ਆਏ ਹੋਏ ਨੇ, ਨਿਸ਼ਾਨ ਸਾਹਿਬ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਹ ਤਮਾਮ ਵੀਰ ਜਿਹੜੇ ਨੇ ਉਹ ਆਏ ਨੇ ਮੁਖਤਲਿਫ ਪਾਕਿਸਤਾਨ ਦੇ ਸ਼ਹਿਰਾਂ ਵਿੱਚੋਂ ਇੱਥੇ।
ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਔਰ ਪਹਿਲੀ ਵਾਰ ਜਿਹੜੀ ਇਹ ਸੇਵਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੀ ਹੈ ਔਰ ਉਸੇ ਹੀ ਬਿਲਡਿੰਗ ਨੂੰ ਪ੍ਰਿਜ਼ਰਵ ਕੀਤਾ ਗਿਆ ਰੱਬ ਰਾਖਾ ਜੀ ਅਗੇਨ ਆਈ ਐਮ ਟੈਲਿੰਗ ਯੂ ਦਿਸ ਵੀਡੀਓ ਇਜ਼ ਕਾਪੀਰਾਈਟ ਆਫ ਦਾ ਰੇਡੀਓ ਸਾਡੇ ਐਲ ਆਈ ਟੀ 7.8 ਐਫ ਐਮ ਰੇਡੀਓ ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਹਾਨੂੰ ਥੋੜ੍ਹਾ ਜਿਹਾ ਦਰਸ਼ਨ ਕਰਵਾਉਂਦੇ ਹਾਂ ਬਾਬਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਖੂਹ ਦੇ ਇਹ ਅੱਗੇ ਖੂਹ ਸਾਹਿਬ ਹੈ ਜੀ ਅੰਮ੍ਰਿਤ ਜਲ ਹੈ ਠੀਕ ਹੈ ਜੀ ਬਾਬਾ ਜੀ ਦੇ ਘਰ ਦਾ ਅੰਮ੍ਰਿਤ ਜਲ ਰਾਈਟ ਸਾਈਡ 'ਤੇ ਜਿਹੜਾ ਪਾਣੀ ਹੈ ਉਹ ਖੂਹ 'ਚੋਂ ਲਿਆ ਜਾ ਰਿਹਾ ਔਰ ਲੈਫਟ ਸਾਈਡ 'ਤੇ ਜਾਲੀ ਲਾ ਕੇ ਬੰਦ ਕੀਤਾ ਹੋਇਆ ਉੱਤੋਂ ਕਵਰ ਹੈ ਜੀ ਖੂਹ ਸਾਹਿਬ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਦਿਨ ਨੂੰ ਸਭ ਤੋਂ ਜ਼ਿਆਦਾ ਮੁਸਲਿਮ ਸੰਗਤਾਂ ਜਿਹੜੀਆਂ ਨੇ ਬਾਬਾ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਅਤੇ ਭਾਈ ਸਾਹਿਬ ਨਾਲ ਥੋੜ੍ਹੀ ਜਿਹੀ ਗੱਲ ਕਰਨੇ ਆ ਸੇਵਾਦਾਰ ਇੱਥੇ ਮੌਜੂਦ ਨੇ ਭਾਈ ਜੀ ਕੀ ਹਾਲ ਨੇ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਨੂੰ ਦੱਸੋ ਕਿ ਤੁਸੀਂ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਹੋ ਦੇਖੋ ਜੀ ਆਪਾਂ ਇੱਥੇ 18 ਸਾਲ ਤੋਂ ਮਹਾਰਾਜ ਸਾਡੇ ਕੋਲ ਸੇਵਾ ਲੈ ਰਹੇ ਨੇ ਅਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਸਤਸੰਗ ਜੀ ਆਪਣਾ ਪਿਛੋਕੜ ਹੈ ਨਾਰੋਵਾਲ ਤੋਂ ਨਾਰੋਵਾਲ ਤੋਂ ਮੱਲੇ ਤਾਂ ਫਿਰ ਮੇਰੇ ਗ੍ਰਾਂ ਹੀ ਹੋਏ ਨਾ ਹਾਂਜੀ ਅਤੇ ਨਾਰੋਵਾਲ ਤੋਂ ਕਿਹੜੀ ਜਗ੍ਹਾ ਤੋਂ ਨਾਰੋਵਾਲ ਕੋਟ ਨੈਣਾ ਕੋਟ ਨੈਣਾ ਵਾਹ ਜੀ ਵਾਹ ਬਾਬਾ ਬੁੱਢਾ ਜੀ ਦੇ ਵੰਸ਼ ਤੋਂ ਭਾਈ ਗੁਰਬਖਸ਼ ਸਿੰਘ ਜੀ ਦੇ ਜੀ ਡੇਰੇ ਤੋਂ ਆਪਾਂ ਉੱਥੇ ਦੱਸੋ ਜੀ ਪੂਰਾ ਦੱਸੋ ਆਪ ਹੀ ਸਤਸੰਗ ਜੀ ਕੋਟ ਨੈਣੇ ਗੁਰਦੁਆਰਾ ਬਾਬਾ ਬੁੱਢਾ ਸਿੰਘ ਦੇ ਨਾਂ ਦਾ ਮਸ਼ਹੂਰ ਹੈ ਜਿੱਥੇ ਆਪਾਂ ਗੁਰਬਖਸ਼ ਸਿੰਘ ਜੀ ਹਾਂਜੀ ਉੱਥੇ ਉਸ ਸਕੂਲ ਦੇ ਆਪਾਂ ਵਿਦਿਆਰਥੀ ਹਾਂ ਪ੍ਰਾਇਮਰੀ ਤੱਕ ਪੜ੍ਹਾਈ ਉੱਥੇ ਆਪਾਂ ਕੀਤੀ ਆ ਉੱਥੇ ਨਾਲ ਹੀ ਸਕੂਲ ਹਾਈ ਸਕੂਲ ਉੱਥੇ ਆਪਾਂ ਦਸਵੀਂ ਕੀਤੀ ਹੈ ਫਿਰ ਉਸ ਤੋਂ ਬਾਅਦ ਇੱਥੇ ਨਨਕਾਣਾ ਸਾਹਿਬ ਆ ਕੇ ਮਹਾਰਾਜ ਸਾਨੂੰ ਆਪਣੇ ਚਰਨਾਂ 'ਚ ਬੁਲਾ ਲਿਆ ਵਿਦ ਫੈਮਿਲੀ ਆਪਾਂ ਇੱਥੇ ਰਹਿ ਰਹੇ ਹਾਂ ਜੀ ਹਾਂਜੀ 18 ਸਾਲ ਤੋਂ ਅਤੇ ਭਾਅ ਜੀ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਬਾਬਾ ਨਾਨਕ ਜੀ ਦੇ ਇੱਥੇ ਅਸਥਾਨ ਦੇ ਉੱਤੇ ਤੁਸੀਂ ਸੇਵਾ ਨਿਭਾ ਕੇ ਦੇਖੋ ਜੀ ਬੜੀ ਸ਼ਾਂਤੀ ਹੈ ਜੀ ਸਤਿਗੁਰਾਂ ਨੇ ਸਾਡੇ 'ਤੇ ਮਿਹਰ ਕੀਤੀ ਹੈ ਕਿ ਉੱਥੋਂ ਆਪਾਂ ਉੱਥੇ ਕਮਾਦ ਪੀੜ ਸਾਡਾ ਪੇਸ਼ਾ ਸੀ ਖੇਤੀਬਾੜੀ ਹਾਂਜੀ ਹਾਂਜੀ ਕਮਾਦ ਦੀ ਪੀੜ ਦੇ ਸਾਨੂੰ ਬਾਬੇ ਨੇ ਇੱਥੇ ਵਧਾ ਲਿਆ ਆਪਣੇ ਚਰਨਾਂ 'ਚ ਹਾਂਜੀ ਬੱਲੇ ਜੀ ਹਾਂਜੀ ਅਤੇ ਬਹੁਤ ਵੀਰ ਜੀ ਕੀ ਜਗਤ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ 550 ਸਾਲਾ ਬਾਬਾ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੇ ਉੱਤੇ ਸਭ ਤੋਂ ਪਹਿਲਾਂ ਹੈ ਕਿ ਮੈਂ ਪੂਰੇ ਵਰਲਡ ਸੰਗਤ ਆ ਵਧਾਈ ਦਿੰਦਾ ਹਾਂ ਬਾਬੇ ਨਾਨਕ ਦੀ 550 ਸਾਲਾ ਜਨਮ ਦਿਹਾੜੇ ਦੀ ਅਤੇ ਦੂਜੀ ਗੱਲ ਇਹ ਹੈ ਕਿ ਇੱਥੇ ਸੰਗਤਾਂ ਵੱਧ ਤੋਂ ਵੱਧ ਸੰਗਤਾਂ ਗੁਰੂ ਘਰ ਨਾਲ ਜੁੜਨ ਆਣ ਕੇ ਆਪਣੇ ਬੱਚਿਆਂ ਨੂੰ ਆਪਣੇ ਪਿਛੋਕੜ ਬਾਰੇ ਦੱਸਣ ਹਾਂਜੀ ਬਹੁਤ ਸ਼ੁਕਰੀਆ ਵੀਰ ਜੀ ਹਾਂਜੀ ਫਤਿਹ ਬੁਲਾ ਦਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰ ਫਤਿਹ ਬੁਲਾ ਰਹੇ ਸਨ ਸਾਡੇ ਵੀਰ ਜੀ ਅਤੇ ਮੈਸੇਜ ਵੀ ਦੇ ਰਹੇ ਸਨ ਇਹ ਅਸਲ ਵਿੱਚ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ 18.5 ਸਾਲ ਗੁਜ਼ਾਰੇ ਨੇ ਇਹ ਉਸ ਜਗ੍ਹਾ ਤੋਂ ਆਏ ਨੇ ਔਰ ਕੋਟ ਨੈਣਾ ਜਿੱਥੇ ਕਿ ਭਾਈ ਗੁਰਬਖਸ਼ ਸਿੰਘ ਦਾ ਇੱਕ ਗੁਰਦੁਆਰਾ ਹੈ ਭਾਈ ਗੁਰਬਖਸ਼ ਸਿੰਘ ਜੀ ਕੌਣ ਸਨ ਬਾਬਾ ਬੁੱਢਾ ਜੀ ਦੇ ਵੰਸ਼ ਦੇ ਵਿੱਚੋਂ ਇੱਕ ਅਨਮੋਲ ਰਤਨ ਸਨ ਠੀਕ ਹੈ ਜੀ ਉਹਨਾਂ ਦਾ ਵਸਾਇਆ ਹੋਇਆ ਜਿਹੜਾ ਗੁਰਦੁਆਰਾ ਹੈ ਉਹ ਹੁਣ ਇਸ ਵੇਲੇ ਹਾਈ ਸਕੂਲ ਹੈ ਮੁੰਡਿਆਂ ਦਾ ਉੱਥੋਂ ਇਹ ਇੱਥੇ ਪਹੁੰਚੇ ਨੇ ਸੇਵਾ ਕਰਦੇ ਹੋਏ ਸੇਮ ਜਗ੍ਹਾ ਦੇ ਉੱਤੇ ਤੁਹਾਨੂੰ ਸਿੰਧੀ ਵੀ ਮਿਲਦੇ ਨੇ ਬਲੋਚੀ ਵੀ ਮਿਲਦੇ ਨੇ ਪਠਾਨ ਵੀ ਮਿਲਦੇ ਨੇ ਤੁਹਾਨੂੰ ਸਾਰੇ ਲੋਕ ਪਾਕਿਸਤਾਨ ਦੇ ਹਿੱਸਿਆਂ 'ਚੋਂ ਇੱਥੇ ਸੇਵਾ ਕਰਦੇ ਹੋਏ ਮਿਲਣਗੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਰੇਡੀਓ ਸਾਡੇ ਐਲ ਆਈ ਟੀ 7.8 ਐਫ ਐਮ ਰੇਡੀਓ ਤੋਂ ਤੁਸੀਂ ਲਾਈਵ ਦੇਖ ਰਹੇ ਹੋ ਅਤੇ ਸਾਡੇ ਪਸ਼ਤੂਨ ਸੰਗਤਾਂ ਵੀ ਮੌਜੂਦ ਨੇ ਜਿਹੜੀਆਂ ਕਿ ਪਸ਼ਤੋ ਸਪੀਕਿੰਗ ਨੇ ਅਸੀਂ ਅਜੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਅਤੇ ਪਹਿਲੇ ਤੁਸੀਂ ਦੇਖੋ ਕਿ ਸਿਆਲਕੋਟ ਤੋਂ ਨਾਰੋਵਾਲ ਤੋਂ ਭਾਈ ਸਾਹਿਬ ਸੇਵਾ ਕਰ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਤਾਂ ਸੰਗੇ ਚੱਲਦੇ ਖੈ ਹੈ ਤਬੇ ਤੂੰ ਨਾ ਖਦੀ ਖੈ ਖੈ ਤੂੰ ਠੀਕ ਠਾਕ ਹੋ ਨੋ ਨੋ ਸੰਗੇ ਰਗਾ ਲਿਓ ਆਉਂ ਉਸ ਵੇ ਸਹੀ 550 ਸਾਲ ਬਾਅਦ ਰਾਖ ਲੈਣ ਨਾ ਹਾਂ ਤਾਂ ਬਿਆਹ ਮਬਾਰਕ ਰਾਖ ਲਵਾ ਦਿੱਤਾ ਹਾਂ 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 ਤੇ ਤਾਂ ਕੋਈ ਪੈਗਾਮ ਵਰ ਕਰਨਾ ਜਗਤ ਸੰਗਤ ਕੀ ਮੂੰਹ ਤਾਂ ਹੋੜੇ ਰਾ ਖੁਸ਼ਹਾਲੀ ਦੇ ਪਦੇ ਮਲ ਕੇ
ਫਤਿਹ ਵਜ਼ੀਰ ਆਜ਼ਮ ਅਤੇ ਜਨਰਲ ਸਾਹਿਬ ਨਾਲ ਮੁਬਾਰਕ ਦੇ ਚਾ ਸਾਢੇ 500 ਸਾਲਾ ਕਰਤਾਰਪੁਰ ਜਿਹੜਾ ਆ ਕੋਰੀਡੋਰ ਜਿਹੜਾ ਤਾਂ ਮੂੰ ਤੋਂ ਗੁਲਾਓ ਕੋ ਮੂੰਗਾ ਡੇਰ ਖੁਸ਼ਹਾਲ ਹੋ ਅੱਲਾਹ ਤਾਲਾ ਮੁਲਕਾਂ ਬਾਦ ਸਾਤਾ ਮੂੰ ਮਲਕਾਂ ਖੁਸ਼ਹਾਲ ਸਾਤਾ ਮੂੰ ਅਮਾਂ ਖੁਸ਼ਹਾਲ ਸਾਤਾ ਮੂੰ ਬਾਬਾ ਗੁਰੂ ਨਾਨਕ ਦੇ ਗੁੰਦੇ ਸਾਢੇ 500 ਸਾਲਾ ਮਗਾ ਦੇ ਸੇਵਾ ਦੇ ਦਾ ਟੁੱਲ ਦੁਨਿਆਰ ਤੱਕ ਆਈ ਉਹ ਟੁੱਲ ਦੁਨਿਆਰ ਖੁਸ਼ਹਾਲੀ ਅੱਲਾਹ ਤਾਲਾ ਟੋਲ ਖੁਸ਼ਹਾਲ ਸਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਇਹ ਸਾਡੇ ਤੁਸੀਂ ਦੇਖ ਲਓ, ਮੈਂ ਤੁਹਾਨੂੰ ਕਿਹਾ ਸੀ ਕਿ ਬਾਬਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸਾਰੀਆਂ ਸੰਗਤਾਂ ਜਿਹੜੀਆਂ ਨੇ ਸੇਵਾ ਨਿਭਾ ਰਹੀਆਂ ਨੇ, ਇਹ ਪਸ਼ਤੂਨ ਸੰਗਤ ਨੇ ਔਰ ਆਪਣੀ ਵਰਡਿੰਗ ਦੇ ਵਿੱਚ ਤੁਹਾਨੂੰ ਇਹ ਕਹਿ ਰਹੇ ਸਨ ਕਿ ਗੁਰੂ ਨਾਨਕ ਪ੍ਰਗਟਿਆ ਜੀ ਮਿੱਟੀ ਧੁੰਦ ਚਾਨਣ ਹੋਇਆ, ਅਤੇ ਪਸ਼ਤੋ ਦੇ ਵਿੱਚ ਇਹ ਸਾਰਾ ਕੁਝ ਉਹ ਕਹਿ ਗਏ ਨੇ। ਕਿੱਡੀ ਛੇਤੀ ਉਹਨਾਂ ਨੇ ਕਿਹਾ ਬਿਲਕੁਲ ਜੀ ਵੀਜ਼ਾ ਮਿਲੇਗਾ। ਅਰਦਾਸ ਬੇਨਤੀ ਕਰਦੇ ਹਾਂ ਜਿਸ ਵੀਰ ਨੂੰ ਅਗਰ ਕੋਈ ਮਸਲਾ ਮਸਾਇਲ ਪੇਸ਼ ਆਉਂਦਾ ਔਰ ਉਹ NRI ਹੈ, ਬਾਕੀ ਤਾਂ ਤੁਸੀਂ ਇੰਡੀਆ ਤੋਂ ਅਗਰ ਆਓਗੇ ਤਾਂ ਜੱਥੇ ਨਾਲ ਆ ਸਕਦੇ ਹੋ, ਅਗਰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਜਰਮਨੀ, ਜਪਾਨ ਕਿਤੋਂ ਵੀ ਆਉਂਦੇ ਹੋ, ਤੁਹਾਡੇ ਕੋਲ ਦੂਸਰੀ ਨੈਸ਼ਨੈਲਿਟੀ ਹੈ ਤਾਂ ਤੁਸੀਂ ਜ਼ਰੂਰ ਰਾਬਤਾ ਕਰੋ, ਅਸੀਂ ਜਿੱਥੇ ਤੱਕ ਹੋ ਸਕਿਆ ਤੁਹਾਡੀ ਮਦਦ ਕਰਾਂਗੇ ਔਰ ਤੁਹਾਨੂੰ ਆਉਣ ਦੇ ਵਿੱਚ ਤੁਹਾਨੂੰ ਲੱਖੋ ਲੱਖ ਵਧਾਈਆਂ ਅਸੀਂ ਫਿਰ ਇੱਕ ਵਾਰੀ ਦਿੰਦੇ ਹਾਂ। 550 ਸਾਲਾ ਬਾਬਾ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੇ ਉੱਤੇ ਉਹ ਨਾਲ ਦੀ ਨਾਲ ਹੀ ਅਸੀਂ ਆਪਣੀ ਕਮੇਟੀ ਜਿਹੜੀ ਹੈ ਵਕਫ ਬੋਰਡ ਜਿਹੜਾ ਪਾਕਿਸਤਾਨ ਦਾ ਸੀ ਉਹਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ, ਉਹਨਾਂ ਦੇ ਧੰਨਵਾਦ ਹਾਂ, ਉਹਨਾਂ ਨੇ ਇੰਨੇ ਸੋਹਣੇ ਇੰਤਜ਼ਾਮਾਤ ਹਰ ਚੀਜ਼ ਜਿਹੜੀ ਹੈ ਉਹ ਸੋਹਣੀ ਕੀਤੀ ਹੈ। ਉਹ ਨਾਲ ਦੀ ਨਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀ, ਇਸ ਵੇਲੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਉਹ ਬਹੁਤ ਸਾਰੇ ਐਸੇ ਕੰਮ ਕਰ ਰਹੇ ਨੇ ਜਿਹੜੇ ਕਿ ਪਹਿਲੇ ਨਹੀਂ ਸੀ ਹੋਏ। ਅਤੇ ਇੱਕ ਵਾਰੀ ਅਸੀਂ ਫਿਰ ਆਪਣੇ ਚੇਅਰਮੈਨ ਸਾਹਿਬ ਜਿਹੜੇ ਨੇ, ਸਾਡੇ ਸੈਕਟਰੀ ਸਾਹਿਬ ਨੇ, ਡਿਪਟੀ ਸੈਕਟਰੀ ਸਾਹਿਬ ਨੇ, ਅਸੀਂ ਸਾਰਿਆਂ ਦੇ ਧੰਨਵਾਦੀਆਂ। ਬਾਬਾ ਨੌਰਵ ਪੰਜਾਬੀ ਮੈਸੇਜ ਵਰਕਾਓ। ਹਾਂਜੀ, ਗੱਲ ਇਹ ਨੇ ਕਿ ਸਾਡੇ ਜਿਹੜੇ ਪਾਕਿਸਤਾਨ ਗੌਰਮੈਂਟ, ਵਜ਼ੀਰ ਆਜ਼ਮ ਸਾਹਿਬ, ਸਾਡੇ ਜਨਰਲ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਕਰਤਾਰਪੁਰ ਕੋਰੀਡੋਰ ਦੀ, ਅਸੀਂ ਬੜੇ ਖੁਸ਼ ਹਾਂ। ਅਤੇ ਵਜ਼ੀਰ ਆਜ਼ਮ ਨੇ ਇਹ ਗੱਲ ਕੀਤੀ ਗਵਰਨਰ ਹਾਊਸ ਵਿੱਚ ਕੇ ਕਿ ਕੋਈ ਵੀ ਕਿਸੇ ਮੁਲਕ ਦਾ ਹੋਵੇ ਉਹਨੂੰ ਵੀਜ਼ਾ ਵੀ ਮਿਲੇਗਾ, ਉਹਨੂੰ ਹਰ ਚੀਜ਼ ਮਿਲੇਗੀ, ਕੋਈ ਤਕਲੀਫ ਨਹੀਂ, ਕੋਈ ਪ੍ਰੋਬਲਮ ਨਹੀਂ ਹੋਏਗੀ, ਅਸੀਂ ਉਹਨਾਂ ਵਾਸਤੇ ਹਾਜ਼ਰ ਹਾਂ, ਸਾਡਾ ਇੱਕ ਫਰਜ਼ ਹੈ। ਵਜ਼ੀਰ ਆਜ਼ਮ ਨੇ ਖੁਦ ਕਿਹਾ, ਮੈਂ ਖੁਦ ਉੱਤੇ ਸੀ ਕਿ ਉਹਨੇ ਕਿਹਾ ਅਸੀਂ ਸਾਡੇ ਫਰਜ਼ ਹੈ, ਅਸੀਂ ਕੋਈ ਇਨਸਾਨ ਨਹੀਂ ਕਰਨਾ, ਸਾਡਾ ਫਰਜ਼ ਹੈ ਜਿੰਨੀ ਵੀ ਦੁਨੀਆ ਕੋਈ ਆਵੇ ਨਾ ਅਸੀਂ ਵੈਲਕਮ ਕਰਾਂਗਾ, ਉਹਨਾਂ ਨੂੰ ਖੁਸ਼ਾਮਦੀਦ ਕਰਾਂਗਾ, ਉਹਨੂੰ ਖੁਸ਼ ਰੱਖਾਂਗਾ। ਅੱਲਾਹ ਤਾਲਾ ਸਾਰਿਆਂ ਨੂੰ ਖੁਸ਼ ਰੱਖੇ, ਮਾਲਕ ਪਾਕਿਸਤਾਨ ਨੂੰ ਖੁਸ਼ ਰੱਖੇ, ਆਬਾਦ ਰੱਖੇ, ਵਸਦੇ ਰਹੋ ਅਤੇ ਹੱਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਇਹੀ ਬਾਬਾ ਜੀ ਨੇ ਪਹਿਲੇ ਆਪਣਾ ਪਸ਼ਤੋ 'ਚ ਮੈਸੇਜ ਦਿੱਤਾ ਪਸ਼ਤੂਨ ਸੰਗਤ ਨੂੰ, ਅਤੇ ਸਾਡੇ ਪਾਕਿਸਤਾਨ ਹੈਰੀਟੇਜ ਕਲੱਬ ਦੀ ਟੀਮ ਜਿਹੜੀ ਹੈ ਸਾਰੀ ਹੁਣ ਅਸੀਂ ਅਗਲੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਅਸੀਂ ਰੈਡੀ ਹਾਂ, ਅਤੇ ਅਸੀਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਦੁਬਾਰਾ ਮੁਲਾਕਾਤ ਕਰਨੇ ਹਾਂ ਕਿ ਅਸੀਂ ਤੁਹਾਨੂੰ ਬਾਹਰੋਂ ਦੇ ਕੁਛ ਦਰਸ਼ਨ ਕਰਵਾ ਦਈਏ, ਫਿਰ ਅੱਗੇ ਚੱਲਦੇ ਹਾਂ। ਰੱਬ ਰਾਖਾ ਜੀ।